ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ ਤੇ ਅਕੈਡਮੀ ਸਪੋਂਸਰ ਇਨ ਰੀਡਿੰਗ ਹੈ। ਸਭ ਤੋਂ ਜਿਹੜਾ ਪਹਿਲਾ ਪੈਸੇਜ ਹੈ, ਇਸਦੇ ਵਿੱਚ 1 to 5 ਤੱਕ ਜਿਹੜੇ ਕੁਐਸਚਨ, ਇਸ ਦੇ ਵਿੱਚ ਲਿਸਟ ਆਫ ਡੇਟਸ ਦਿੱਤੀਆਂ ਹੋਈਆਂ ਤੇ ਨਾਲ ਈਵੈਂਟਸ ਦਿੱਤੀਆਂ ਹੋਈਆਂ। ਲਿਸਟ ਆਫ ਡੇਟਸ ਨੂੰ ਈਵੈਂਟਸ ਦੇ ਨਾਲ ਮੈਚ ਕਰਨਾ ਤੇ ਨੈਕਸਟ 6 to 10 ਤੱਕ ਜਿਹੜੇ, ਇਸ ਦੇ ਵਿੱਚ ਲਿਸਟ ਆਫ ਪੀਪਲਸ ਦਿੱਤੀ ਹੋਏ ਨਾਲ ਓਪੀਨੀਅਨਸ ਦਿੱਤੀਆਂ ਹੋਈਆਂ, ਤੇ ਇਸ ਦੇ ਵਿੱਚ ਲਿਸਟ ਆਫ ਪੀਪਲਸ ਨੂੰ ਓਪੀਨੀਅਨਸ ਦੇ ਨਾਲ ਮੈਚ ਕਰਨਾ, ਤੇ ਨੈਕਸਟ 11 to 14 ਤੱਕ ਜਿਹੜੇ ਕੁਐਸਚਨ, ਇਸ ਦੇ ਵਿੱਚ ਜਿਹੜੇ ਸਟੈਂਸ ਦਿੱਤੇ ਹੋਏ ਉਹਨਾਂ ਨੂੰ ਕੰਪਲੀਟ ਕਰਨਾ ਹੈ। ਅਤੇ ਨੈਕਸਟ ਜਿਹੜਾ ਪੈਸੇਜ ਦੇ ਵਿੱਚ 15 to 18 ਤੱਕ ਟਰੂ ਫਾਲਸ ਨੋਟ ਗਿਵਨ, ਅਤੇ ਨੈਕਸਟ 19 to 21 ਤੱਕ ਕੁਐਸਚਨਸ ਆ, ਇਹਨਾਂ ਦੇ ਆਂਸਰ ਦੇਣੇ ਆ, ਨੋ ਮੋਰ ਦੈਨ 3 ਵਰਡਸ। ਅਤੇ ਨੈਕਸਟ 22 to 27 ਤੱਕ ਬਲੈਂਕਸ ਆ, ਇਹਨਾਂ ਦੇ ਆਂਸਰ ਓਨਲੀ 1 ਵਰਡਸ ਦੇਣੇ ਆ। ਅਤੇ ਲਾਸਟ ਵਿੱਚ ਜਿਹੜਾ ਪੈਸੇਜ ਆ ਉਸ ਦੇ ਵਿੱਚ 28 to 32 ਤੱਕ ਲਿਸਟ ਆਫ ਹੈਡਿੰਗ ਸਭ ਤੋਂ ਪਹਿਲਾਂ, ਫਿਰ 33 to 35 ਤੱਕ ਐਮ ਸੀ ਕਿਊ ਟਾਈਪ ਆ, ਅਤੇ ਨੈਕਸਟ 36 to 40 ਤੱਕ ਲਿਸਟ ਆਫ ਕੰਪਨੀਸ ਦਿੱਤੀਆਂ ਹੋਈਆਂ ਨਾਲ ਡਿਸਕ੍ਰਿਪਸ਼ਨਸ ਦਿੱਤੀਆਂ ਹੋਈਆਂ, ਇਹਨਾਂ ਨੂੰ ਮੈਚ ਕਰਨਾ। ਅਤੇ ਚੈਨਲ 'ਤੇ ਨਵੇਂ ਸਬਸਕ੍ਰਾਈਬ ਜਰੂਰ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਆ ਕਰੋ। ਫਿਰ ਆਪਾਂ ਰੀਡਿੰਗ ਸਟਾਰਟ ਕਰਦੇ ਹਾਂ।